दी जलंधर टाइम्स देख रहे सभी दर्शकों का स्वागत है। पंजाब में किसानों के प्रदर्शन के बाद अध्यापक और विद्यार्थियों के प्रदर्शन देखने को मिल रहे थे, पर इसी के बीच मजदूर वर्ग सड़कों पर उतरने को अब मजबूर है। पंजाब का मजदूर वर्ग आज अपनी मांगों को लेकर सड़क पर उतरने को मजबूर है, क्योंकि अपनी मांगों को मनवाने और सरकार को कुर्सी से हिलाने के लिए मजदूर वर्ग को आज संघर्ष का रास्ता अपनाना पड़ रहा है। इसी सिलसिले में दलित दास्ता विरोधी आंदोलन संगठन के लोगों ने अपनी मांगों को लेकर रोष मार्च निकाला, जो रोष मार्च निकालते हुए डिप्टी कमिश्नर फिरोजपुर ऑफिस पहुंचे, जहां उन्होंने अपनी मांगों को लेकर पंजाब सरकार और प्रशासन के खिलाफ जमकर नारेबाजी की। इसी के साथ वे खूब भड़ास निकालते हुए भी नजर आए। फिरोजपुर से पंकज कुमार की रिपोर्ट। देखो, मैं सुखविंदर कौर, लेखा वर्कर यूनियन जिला प्रधान, रजिस्टर्ड फलौर। और जिहड़ा अज दा साडा मुख सीगा, अज इकट्ठे होण दा, एकत्र होण दा इक इह कारण सीगा कि मिनिमम वेज दे जिहड़ा रिवाइज कीता पंजाब सरकार ने 3/11/2021 नूं, तां उहदे विच जिहड़ा असीं लगातार पिछले 2 साल तों मंग कर रहे सी कि साडा मिनिमम रिवाइज जिहड़ा उह जिस तरह पिछले समयां दे विच सरकारां तय करदियां सी हर 6 महीने बाद, पर जदों दी करोना महामारी आई आ उस तों बाद जिहड़ा 2020 दे विच मिनिमम वेज आया उहदे विच पंजाब सरकार ने ਉਹਦਾ ਜਿਹੜਾ ਵਾਧਾ ਜਿਹੜਾ ਸੀ ਉਹ ਵਾਪਸ ਲੈ ਲਿਆ ਸੀਗਾ। ਤਾਂ ਉਹਦੇ ਸੰਬੰਧ ਵਿੱਚ ਅਸੀਂ ਪਿਛਲੇ 1 ਸਤੰਬਰ ਨੂੰ ਵੀ ਆਪਣਾ ਮੰਗ ਪੱਤਰ ਦੇ ਕੇ ਗਏ ਸੀ ਪੂਰੇ ਨਰੇਗਾ ਵਰਕਰ ਨੂੰ ਲੈ ਕੇ ਪਿੰਡਾਂ ਦੇ ਵਿੱਚ ਜਿਹੜੇ ਖੇਤ ਮਜ਼ਦੂਰ ਆ, ਜੋ ਉਹਨਾਂ ਦਾ ਮਿਨੀਮਮ ਵੇਜ ਰਿਵਾਈਜ਼ ਕਰਦੀਆਂ ਸਰਕਾਰਾਂ, ਤਾਂ ਉਹਦੇ ਤੇ ਜਿਹੜਾ ਹਾਲੇ ਤੱਕ ਸਰਕਾਰ ਨੇ ਉਹਨੂੰ ਜਿਹੜਾ ਉਹਦਾ ਵਾਧਾ ਨਹੀਂ ਕੀਤਾ ਹੈਗਾ, ਜਿਹੜਾ ਹੁਣ 3/11/2021 ਨੂੰ ਜਿਹੜਾ ਇਹਦਾ ਨੋਟੀਫਿਕੇਸ਼ਨ ਜਾਰੀ ਹੋਇਆ ਉਹਦੇ ਵਿੱਚ 2020 ਵਾਲਾ ਜਿਹੜਾ ਮਿਨੀਮਮ ਵੇਜ ਆ ਸਰਕਾਰ ਨੇ ਉਹਾ ਹੀ ਉਹਨੂੰ ਵਾਧਾ ਕੀਤਾ ਹੈ। ਜਿਹੜਾ 21 ਵਾਲਾ ਹਜੇ ਵੀ ਉਹਦੇ 'ਚ ਸਰਕਾਰ ਜਿਹੜੀ ਆ ਉਹ ਮਜ਼ਦੂਰਾਂ ਨਾਲ ਜਿਹੜਾ ਮਤਰੇਈ ਮਾਂ ਵਾਲਾ ਜਿਹੜਾ ਵਿਤਕਰਾ ਕਰ ਰਹੀ ਆ, ਤਾਂ ਉਹਦੇ ਸੰਬੰਧ ਦੇ ਵਿੱਚ ਅਸੀਂ ਅੱਜ ਮਾਨਯੋਗ ਡੀਸੀ ਸਾਹਿਬ ਦੇ ਰਾਹੀਂ ਪੰਜਾਬ ਸਰਕਾਰ ਨੂੰ ਔਰ ਲੇਬਰ ਕਮਿਸ਼ਨਰ ਨੂੰ ਅਸੀਂ ਜਿਹੜਾ ਆਪਣਾ ਮੰਗ ਪੱਤਰ ਜਿਹੜਾ ਦੇਵਾਂਗੇ ਵੀ ਸਾਡਾ ਜਿਹੜਾ ਮਿਨੀਮਮ ਜਿਹੜਾ ਵੇਜ ਦਾ ਜਿਹੜਾ 21 ਦੇ ਵਿੱਚ ਜਿਹੜਾ ਵਾਧਾ ਸੀਗਾ ਉਹ ਵਾਧਾ ਕੀਤਾ ਜਾਵੇ, ਨਹੀਂ ਤਾਂ ਫਿਰ ਅਸੀਂ ਜਿਹੜਾ ਅੱਗੇ ਜਿਹੜਾ ਸੰਘਰਸ਼ ਨੂੰ ਤੇਜ਼ ਲੈ ਕੇ ਜਾਵਾਂਗੇ। ਖਾਨ ਕਾਲਪੁਰ ਦਾ ਪ੍ਰਧਾਨ ਆ ਔਰ ਨਰੇਗਾ ਵਰਕਰ ਯੂਨੀਅਨ ਰਜਿਸਟਰਡ ਫਲੋਰ ਵੱਲੋਂ, ਔਰ ਅਸੀਂ ਜਿਹੜਾ ਪਹਿਲਾਂ ਵੀ 1 ਤਰੀਕ ਨੂੰ ਜਿਹੜਾ ਹੈਗਾ ਉਹ ਮੰਗ ਪੱਤਰ ਦੇ ਚੁੱਕੇ ਹਾਂ ਨਰੇਗਾ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਲੈ ਕੇ, ਕਿਉਂਕਿ ਕੰਮ ਕਿਸੇ ਤੋਂ ਕਰਵਾਇਆ ਜਾਂਦਾ ਔਰ ਪੈਸੇ ਜਿਹੜੇ ਆ ਉਹ ਕਿਸੇ ਦੇ ਖਾਤਿਆਂ 'ਚ ਪਾਏ ਜਾਂਦੇ ਆ। ਬਹੁਤ ਸਾਰੇ ਅੱਜ ਅਸੀਂ ਆਪਣੇ ਨਾਲ ਐਜ ਏ ਪਰੂਫ ਵੀ ਲੈ ਕੇ ਆਏ ਹਾਂ, ਜਿਹੜਾ ਮਜ਼ਦੂਰਾਂ ਤੋਂ ਕੰਮ ਕਰਵਾ ਲਿਆ ਜਾਂਦਾ ਮਾਸਟਰ ਰੋਲ ਕੱਢ ਕੇ, ਪਰ ਉਸ ਤੋਂ ਬਾਅਦ ਜਿਹੜਾ ਮਾਸਟਰ ਰੋਲ ਉਹ ਆਨਲਾਈਨ ਨਹੀਂ ਕੀਤਾ ਜਾਂਦਾ। ਤਾਂ ਇਸ ਤਰ੍ਹਾਂ ਜਿਹੜਾ ਨਰੇਗਾ ਵਾਲੇ ਕਿਰਤੀਆਂ ਤੋਂ ਹੈ ਜਿਹੜਾ ਬਲਾਕ ਅਧਿਕਾਰੀਆਂ ਵੱਲੋਂ ਵਾਰ ਵਾਰ ਬੇਗਾਰ ਕਰਵਾਈ ਜਾ ਰਹੀ ਹੈ, ਜਿਹੜਾ ਕਿ ਇੱਕ ਅਪਰਾਧ ਵੀ ਹੈ, ਜਿਹੜਾ ਕਾਨੂੰਨ ਦੇ ਮੁਤਾਬਕ ਜਿਹੜਾ ਹੈ ਬੇਗਾਰ ਕਰਾਉਣੀ ਕਾਨੂੰਨੀ ਅਪਰਾਧ ਹੈ, ਪਰ ਜਿਹੜਾ ਵਾਰ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਜਿਹੜਾ ਇਹਨਾਂ 'ਤੇ ਕੰਨ 'ਤੇ ਜੂੰ ਨਹੀਂ ਅੱਜ ਤੱਕ ਸਰਕੀ, ਕਿਉਂਕਿ ਇੰਨੀ ਸਰਦੀ ਦੇ ਵਿੱਚ ਸਾਡੀਆਂ ਮਜ਼ਦੂਰ ਭੈਣਾਂ, ਸਾਡੀਆਂ ਮਜ਼ਦੂਰ ਮਾਵਾਂ, ਵਿਚਾਰੀਆਂ ਬੱਚੇ ਛੋਟੇ ਛੋਟਿਆਂ ਨੂੰ ਨਾਲ ਲਿਜਾ ਕੇ ਕੰਮ ਕਰਵਾਇਆ ਜਾਂਦਾ, ਔਰ ਇਸ ਤੋਂ ਇਲਾਵਾ ਜਿਹੜੇ ਘਰਾਂ 'ਚ ਬੈਠੇ ਨੇ ਉਹ ਕੁਛ ਰਲੀ ਮਿਲੀ ਭੁਗਤ ਕਰਕੇ ਉਹ ਆਪੋ ਆਪਣੀਆਂ ਹਾਜ਼ਰੀਆਂ ਅੰਦਰ ਖਾਤੇ ਪਾ ਕੇ ਔਨਲਾਈਨ ਕਰਾ ਲੈਂਦੇ ਆ, ਔਰ ਜਿਹੜੇ ਮਜ਼ਦੂਰਾਂ ਤੋਂ ਕੰਮ ਕਰਵਾਇਆ ਜਾਂਦਾ ਉਹ ਵਿਚਾਰੇ ਜਿਹੜੇ ਇੱਦਾਂ ਧਰਨਿਆਂ 'ਤੇ ਹੀ ਬਹਿਣਾ ਪੈਂਦਾ। ਔਰ दी जलंधर टाइम्स देख रहे सभी दर्शकों का स्वागत है। पंजाब में किसानों के प्रदर्शन के बाद अध्यापक और विद्यार्थियों के प्रदर्शन देखने को मिल रहे थे, पर इसी के बीच मजदूर वर्ग सड़कों पर उतरने को अब मजबूर है। पंजाब का मजदूर वर्ग आज अपनी मांगों को लेकर सड़क पर उतरने को